ਡੇਲੋਂ ਦੇ ਨਜ਼ਦੀਕ ਪੈਂਦੇ ਪਿੰਡ ਗੋਪਾਲਪੁਰ ਵਿੱਚ ਅੱਜ ਉਸ ਸਮੇਂ ਭਿਆੰਕਰ ਹਾਦਸਾ ਹੋ ਗਿਆ ਜਦੋਂ ਸੰਗਰੂਰ ਤੋਂ ਲੁਧਿਆਣਾ ਸਾਈਡ ਆ ਰਹੀ ਤੇਜ਼ ਰਫ਼ਤਾਰ ਆਲਟੋ ਕਾਰ ਇੱਕ ਖੜ੍ਹੇ ਟਰੱਕ ਵਿੱਚ ਵੱਜਣ ਨਾਲ ਕਾਰ ਵਿੱਚ ਸਵਾਰ ਔਰਤ ਅਤੇ ਉਸ ਦੀ ਛੋਟੀ ਬੱਚੀ ਦੀ ਮੌਤ ਹੋ ਗਈ। ਕਾਰ ਚਾਲਕ ਅਤੇ ਉਸ ਦੀ ਮਾਂ ਗੰਭੀਰ ਵਿੱਚ ਜ਼ਖਮੀ ਹੋ ਗਏ ਜਿਨ੍ਹਾਂ ਨੂੰ ਡੇਲੋਂ ਦੇ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ। ਡਾਕਟਰਾਂ ਦੀ ਟੀਮ ਵੱਲੋਂ ਤੁਰੰਤ ਫਸਟ ਏਡ ਦਿੱਤੀ ਗਈ ਅਤੇ DMC ਰੈਫਰ ਕਰ ਦਿੱਤਾ ਗਿਆ। ਕਾਰ ਸਵਾਰ ਲੁਧਿਆਣਾ ਦੇ ਸ਼ਿਮਲਾਪੁਰੀ ਦੇ ਰਹਿਣ ਵਾਲੇ ਸੀ। ਆਪਣਾ ਸਹੁਰਾ ਪਰਿਵਾਰ ਧੂਰੀ ਜ਼ਿਲ੍ਹਾ ਸੰਗਰੂਰ ਤੋਂ ਵਾਪਸ ਆ ਰਹੇ ਸੀ। ਰਾਹਗੀਰਾਂ ਵੱਲੋਂ ਭਾਰੀ ਰੋਸ ਜਤਾਇਆ ਜਾ ਰਿਹਾ ਕਿ ਐਂਬੂਲੈਂਸ ਨੂੰ ਵਾਰ ਵਾਰ ਫੋਨ ਕਰਨ ਤੋਂ ਬਾਅਦ ਵੀ ਕੋਈ ਐਂਬੂਲੈਂਸ ਨਹੀਂ ਆਈ ਜਿਸ ਕਾਰਨ ਲੜਕੀ ਅਤੇ ਉਸਦੀ ਮਾਸੂਮ ਬੱਚੀ ਦੀ ਮੌਤ ਹੋ ਗਈ ਜਦੋਂ ਕਿ ਡੇਲੋਂ ਦੇ ਸਿਵਲ ਹਸਪਤਾਲ ਦੇ ਬਾਹਰ 24 ਘੰਟੇ ਐਂਬੂਲੈਂਸ ਖੜ੍ਹੀ ਰਹਿੰਦੀ ਹੈ। ਗੋਪਾਲਪੁਰ ਕੋਲ ਐਕਸੀਡੈਂਟ ਵਾਲੇ 4 ਪੇਸ਼ੈਂਟ ਆਏ ਸੀਗੇ, ਵਾਈਫ ਅਤੇ ਡਾਟਰ ਤਾਂ ਕਾਫੀ ਜ਼ਿਆਦਾ ਸੀਰੀਅਸ, ਉਹਨਾਂ ਨੂੰ ਇਮੀਡੀਏਟਲੀ ਫਸਟ ਏਡ ਦੇ ਕੇ ਰੈਫਰ ਕਰ ਦਿੱਤਾ ਗਿਆ। ਉਹਨਾਂ ਦੇ ਹਸਬੈਂਡ ਅਤੇ ਮਦਰ ਦਾ ਵੀ ਫ੍ਰੈਕਚਰ ਵਗੈਰਾ ਹੈਡ ਇੰਜਰੀ ਸੀ, ਉਹਨਾਂ ਨੂੰ ਵੀ ਫਸਟ ਏਡ ਦੇ ਕੇ ਉਹਨਾਂ ਨੂੰ ਵੀ ਰੈਫਰ ਕਰ ਦਿੱਤਾ ਗਿਆ। DMC ਭੇਜੇ ਗਏ ਨੇ 4 ਪੇਸ਼ੈਂਟ। ਹਾਂਜੀ, ਕੀ ਨਾਮ ਜੀ ਤੁਹਾਡਾ? ਮੇਰਾ ਨਾਮ ਗੁਰਜਿੰਦਰ ਸਿੰਘ ਜੀ। ਹਾਂਜੀ, ਕੀ ਹੋਇਆ ਸੀ ਰਸਤੇ 'ਚ ਜ਼ਿਆਦਾ ਤੋਂ? ਅਸੀਂ ਆ ਰਹੇ ਸੀਗੇ ਜੀ ਪਿੱਛੇ ਇਹਨਾਂ ਦੇ, ਅਤੇ ਇਹ ਮੂਸਾ ਤੋਂ ਮੂਹਰੇ ਸੀਗੇ ਥੋੜ੍ਹਾ ਜਿਹਾ, ਅਤੇ ਆਉਂਦੇ ਆਉਂਦੇ ਇਹਨਾਂ ਦੀ ਗੱਡੀ ਸਿੱਧੀ ਟਰੱਕ ਦੇ ਵਿੱਚ ਵੱਜਦੀ ਹੀ ਦੇਖੀ ਅਸੀਂ, ਟਰੱਕ ਦੇ ਵਿੱਚ ਸਿੱਧੀ ਵੱਜੀ, ਅਸੀਂ ਨਾਲ ਦੀ ਨਾਲ ਰੁਕਿਆ ਅਤੇ ਇਹਨਾਂ ਦੀ ਵਾਈਫ ਨੂੰ ਕੱਢਿਆ, ਇਹਨਾਂ ਨੂੰ ਕੱਢਿਆ ਅਤੇ ਨਾਲ ਦੀ ਨਾਲ ਅਸੀਂ ਫਿਰ 3 ਗੱਡੀਆਂ ਦੇ ਵਿੱਚ ਲੈ ਕੇ ਇਹਨਾਂ ਨੇ ਦਫ਼ਤਰ। ਇਹ ਕਿਹੜੀ ਗੱਡੀ ਦੇ ਵਿੱਚ ਸਵਾਰ ਸੀ? ਗੱਡੀ ਨਹੀਂ ਪਤਾ ਜੀ, ਗੱਡੀ ਦੇਖੀ ਹੀ ਨਹੀਂ ਆਪਣਾ ਦਫੜੀ ਦੇ ਵਿੱਚ ਕਿਹੜੀ। ਜਿਹੜੇ ਟਰੱਕ ਦੇ ਵਿੱਚ ਟੱਕਰ ਹੋਈ ਆ ਕਿ ਉਹ ਖੜਾ ਸੀ ਕਿ ਚੱਲ ਰਹੇ ਨੇ? ਅੱਛਾ, ਉਹ ਟਰੱਕ ਖੜਾ ਸੀ, ਖੜੇ ਟਰੱਕ, ਖੜੇ ਟਰੱਕ ਦੇ ਵਿੱਚ। ਹਾਂਜੀ ਹਾਂ, ਕਿੰਨੇ ਗੱਡੀ ਦੇ ਵਿੱਚ ਸਵਾਰ ਸੀ? ਇਹਦੇ ਵਿੱਚ ਜੀ ਇੱਕ ਮੁੰਡਾ ਸੀਗਾ, ਇੱਕ ਮਾਤਾ ਸੀ ਉਹਦੀ, 4 ਜਣੇ ਸੀ, ਇੱਕ ਵਾਈਫ ਸੀ, ਇੱਕ ਉਹਨਾਂ ਦੀ ਬੇਟੀ ਸੀ। ਜਿਹਨਾਂ ਤੁਸੀਂ ਡੇਲੋਂ ਹਸਪਤਾਲ ਲੈ ਕੇ ਆਏ ਹੋ? ਹਾਂਜੀ, ਵਾਈਫ ਦੇ ਬੇਟੀ ਦੀ ਜੀ ਤੁਹਾਡਾ? ਹਾਂਜੀ, ਰਮਨਦੀਪ ਸਿੰਘ ਜੀ। ਹਾਂਜੀ, ਅਤੇ ਕੀ ਗੱਲ ਹੋਈ ਸੀ ਤੁਸੀਂ? ਭਾਅ ਜੀ, ਮੈਂ ਮੇਰੇ ਕੋਲੋਂ ਆ ਰਿਹਾ ਸੀਗਾ, ਮੇਰੇ ਆਉਂਦੇ ਨੂੰ ਗੱਡੀ ਐਕਸੀਡੈਂਟ ਹੋਈ ਸੀ ਆਪਣੇ ਗੋਪਾਲਪੁਰ ਦਾਣਾ ਮੰਡੀ ਦੇ ਕੋਲੇ, ਟਰੱਕ ਦੇ ਪਿੱਛੇ ਵੱਜ ਗਈ ਹੈ, ਕਿਤੇ ਇਹਨਾਂ ਦਾ ਬਾਈ ਦਾ ਧਿਆਨ ਵਗੈਰਾ ਵਿਗੜ ਗਿਆ ਅਤੇ ਇਹਨਾਂ ਦਾ ਕਾਫੀ ਜ਼ਿਆਦਾ ਨੁਕਸਾਨ ਹੋ ਗਿਆ। ਲੇਡੀਜ਼ ਜਿਹੜੀ ਮਿਸਿਜ ਆ ਉਹਦੀ ਡੈਥ ਹੋ ਗਈ ਆ, ਬੱਚੀ ਸੀ ਛੋਟੀ, ਉਹ ਬਾਹਰ ਨਿਕਲ ਗਈ ਸ਼ੀਸ਼ੇ ਵਿੱਚ ਦੀ, ਕਾਫੀ ਹੈੱਡ ਜ਼ੋਰ ਦੀ ਹੋਈ ਜੀ। ਅਤੇ ਗੱਡੀ 'ਚ ਕਿੰਨੇ? ਹਾਂਜੀ, ਐਂਬੂਲੈਂਸ ਨਹੀਂ ਮੌਕੇ 'ਤੇ ਪਹੁੰਚੀ, ਐਂਬੂਲੈਂਸ ਨੂੰ ਕਾਲ ਕਰੀ ਜਾਂਦੇ ਆ, ਇੱਕ ਤਾਂ ਨੰਬਰ ਨਹੀਂ ਲੱਗਦਾ 108 ਉਹਨਾਂ ਦਾ, ਜਦੋਂ ਨੰਬਰ ਲੱਗਿਆ ਹੀ ਨਹੀਂ, ਐਂਬੂਲੈਂਸ ਆ ਗਈ ਆ ਅਤੇ ਉਹ ਕਹਿੰਦੇ ਪਹਿਲਾਂ ਤੁਸੀਂ ਕਾਲ ਕਰੋ 108 'ਤੇ, ਫਿਰ ਸਾਡੀ ਐਂਬੂਲੈਂਸ ਜਾਊਗੀ। ਘੱਟ 2-2.5 ਘੰਟੇ ਹੋ ਗਏ ਐਕਸੀਡੈਂਟ ਹੋਏ ਨੂੰ, ਐਂਬੂਲੈਂਸ ਤਾਂ ਹਜੇ ਤੱਕ ਜਾਣੀ ਨਾਮ ਨਿਸ਼ਾਨ ਕੋਈ ਨਹੀਂ, ਖੜੀ ਹੈਗੀ ਆ, ਪਰ ਉਹਨਾਂ ਨੂੰ ਜਿੰਨਾ 108 ਤੋਂ ਫੋਨ ਨਹੀਂ ਆਉਂਦਾ ਉਹਨਾਂ ਨੇ ਵਜਾਣੀ ਨਹੀਂ, ਉਹ ਫਿਰ ਕੀ ਫਾਇਦਾ ਜੀ ਹੈ ਜੀ ਐਂਬੂਲੈਂਸਾਂ ਦਾ? ਜੇਕਰ ਮੌਕੇ 'ਤੇ ਐਂਬੂਲੈਂਸ ਪਹੁੰਚ ਜਾਂਦੀ ਨਾ, ਹੋ ਸਕਦਾ ਬੱਚੇ ਦੀ ਅਤੇ ਲੇਡੀਜ਼ ਦੀ ਦੋਨਾਂ ਦੀ ਜਾਨ ਪਾ ਸਕਦੀ ਸੀਗੀ। ਐਂਬੂਲੈਂਸ ਦੀ ਨਲੈਕੀ ਕਰਕੇ ਜਿਹੜੀ ਆ ਇਹ ਘਟਨਾ ਜ਼ਿਆਦਾ ਵਾਪਰੀ ਆ, ਐਂਬੂਲੈਂਸ ਨਹੀਂ ਆਈ। ਗੱਡੀ ਦੇ ਵਿੱਚ ਕਿੰਨੇ ਵਿਅਕਤੀ ਸਵਾਰ ਸੀ? ਗੱਡੀ ਦੇ ਵਿੱਚ 4 ਜਣੇ ਸੀਗੇ ਜੀ, ਇੱਕ ਆਪ ਸੀਗਾ ਮੁੰਡਾ ਜਸਪਾਲ ਸਿੰਘ ਆ ਸ਼ਾਇਦ ਨਾਮ, ਉਹਦੀ ਮਿਸਿਜ਼ ਸੀਗੀ, ਮਾਂ ਸੀ, ਇੱਕ ਛੋਟੀ ਬੱਚੀ ਸੀ ਉਹਨਾਂ ਦੀ। ਇਹ ਕਿੱਥੋਂ ਆ ਰਹੇ ਸੀ ਜੀ? ਇਹ ਸੰਗਰੂਰ ਤੋਂ ਆ ਰਹੇ ਸੀ।